ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਜ਼ਰੂਰੀ ਗੱਲਾਂ ਨੇ ਦੋ ਤਿੰਨ ਤੁਹਾਡੇ ਨਾਲ ਸਾਰਿਆਂ ਦੇ ਨਾਲ ਸਾਂਝੀਆਂ ਕਰਨੀਆਂ ਨੇ ਧਿਆਨ ਦੇ ਕੇ ਜਰੂਰ ਸੁਣਿਓ ਇੱਕ ਆਰਿਆ ਸਮਾਜੀ ਏਜੰਟ ਆ ਰਾਜਵਿੰਦਰ ਬੈਂਸ ਹਿਊਮਨ ਰਾਈਟਸ ਦਾ ਐਡਵੋਕੇਟ ਉਹ ਅੱਜ ਕੱਲ ਉਹਨੇ ਬੜੀ ਦੰਬ ਚੁੱਕੀ ਆ ਵੀ ਮੈਂ ਹਿਊਮਨ ਰਾਈਟਸ ਦਾ ਐਡਵੋਕੇਟ ਆ ਇਸ ਵੀਰ ਨੂੰ ਅਸੀਂ ਪੁੱਛਣਾ ਚਾਹੁੰਨੇ ਆ ਕਿ ਤੋਂ 1983 ਦਾ ਕੇਸ ਤੇ ਫਾਈਲ ਕਰਤਾ ਸਰਦਾਰ ਵਿਰਸਾ ਸਿੰਘ ਬਲਟੋਵੇ ਤੇ ਹੁਣ ਇਹ ਨਾ ਕਹਿ ਲਿਓ ਪੀ ਜੀਏ ਜੀ ਬਾਦਲਾਂ ਦੀ ਹਮਾਇਤ ਕਰਨ ਡਿਆ ਕੋਈ ਬਾਦਲਾਂ ਦੀ ਹਮਾਇਤ ਨਹੀਂ ਸਾਡੇ ਲਈ ਬਾਦਲ ਵੀ ਕੁਛ ਨਹੀਂ ਸਾਡੇ ਲਈ ਕੈਪਟਨ ਵੀ ਕੁਛ ਨਹੀਂ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਦੇ ਪਰ ਗੱਲ ਆ ਇੱਕ ਇਹਨੇ 1983 ਦਾ ਕੇਸ ਤੇ ਕਰਤਾ ਦਾਇਰ ਪਰ ਇਹ ਜੱਗੀ ਜੋਲ ਦਾ ਕੇਸ ਇਹਨੇ ਕਿਉਂ ਨਹੀਂ ਲੜਿਆ ਉਦੋਂ ਦੇ ਹਮਨ ਰਾਈਟਸ ਕਿੱਥੇ ਗਏ ਹੀ ਜੱਗੀ ਜੋਹਲ ਟਾਰਗੇਟ ਕਿਲਿੰਗ ਮਾਮਲੇ ਦੇ ਵਿੱਚ ਹੀ ਇਹ ਐਨਆਈਏ ਦੇ ਨਾਲ ਇਹ ਕਹਿੰਦਾ ਵੀ ਐਨਆਈਏ ਦੀ ਜਾਂਚ ਸਹੀ ਹੀ ਟਾਰਗੇਟ ਕਿਲਿੰਗ ਚ ਜਿੰਨੇ ਬੰਦੇ ਆਏ ਆ ਉਹ ਸਾਰੇ ਦੋਸ਼ੀ ਹੀ ਉਦੋਂ ਇਹਦੇ ਹਿਊਮਨ ਰਾਈਟਸ ਕਿੱਥੇ ਗਏ ਹੀ ਕਿਹੜੇ ਇੰਨੇ ਸਬੂਤਾਂ ਦੇ ਆਧਾਰ ਤੇ ਇਹ ਬਿਆਨ ਦਿੱਤਾ ਵੀ ਐਨਆਈਏ ਨੇ ਜੜੀ ਵੀ ਜਾਂਚ ਕੀਤੀ ਆ ਸਾਰੀ ਮਤਲਬ ਕੀ ਸਹੀ ਆ ਇਹ ਅਮਰਿੰਦਰ ਸਿੰਘ ਕੋਲੋਂ ਜਿਹੜਾ ਜੱਗੀ ਜੋਹਲ ਟਾਰਗੇਟ ਕਿਲਿੰਗ ਮਾਮਲੇ ਵਿੱਚ ਹੀ ਹੈਗਾ ਵਾ ਅਮਰਿੰਦਰ ਸਿੰਘ ਕੋਈ ਸਿੰਘਾ ਨਾ ਉਹਦਾ ਉਹਨਾਂ ਦੇ ਕੋਲੋਂ 60000 ਰੁਪਇਆ ਲੈ ਕੇ ਇਹ ਉਹਨਾਂ ਦੀ ਬੇਲਾਂ ਤੇ ਵੀ ਨਹੀਂ ਗਿਆ ਉਹਨਾਂ ਦੀਆਂ ਦੋ ਤਿੰਨ ਬੇਲਾਂ ਤੇ ਵੀ ਨਹੀਂ ਗਿਆ ਉਹਦੇ ਦੇ ਹਮ ਰਾਈਟਸ ਕਿੱਥੇ ਜਾਂਦੇ ਆ ਤੁਸੀਂ ਕੀ ਪਹਿਲਾਂ ਭਗਵੰਤਮਾਨ ਬਾਦਲਾਂ ਨੂੰ ਢਾਲ ਬਣਾ ਕੇ ਸਿੱਖੀ ਦੀਆਂ ਜੜਾਂ ਵੜਦਾ ਰਿਹਾ ਤੁਸੀਂ ਕਿਹਾ ਵੀ ਚੱਲ ਕੋਈ ਨਹੀਂ ਬਾਦਲਾਂ ਨੂੰ ਕਿਹਾ ਡਿਆ ਵਾ ਕੋਈ ਗੱਲ ਨਹੀਂ ਕਹਿਣ ਦੋ ਹੁਣ ਇਹ ਬੰਦੇ ਨੇ ਸਰਦਾਰ ਨਿਹੰਗ ਸਿੰਘ ਹਰਮਿੰਦਰ ਸਿੰਘ ਮਿੰਟੂ ਨਿਹੰਗ ਸਿੰਘ ਹਰਮਿੰਦਰ ਸਿੰਘ ਮਿੰਟੂ ਬਾਰੇ ਬਿਆਨ ਦਿੱਤਾ ਪੀ ਉਹਦੇ ਨਾਲ ਸਾਨੂੰ ਸਹਿਮਤ ਨਹੀਂ ਹੋਣਾ ਚਾਹੀਦਾ ਉਹਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਤੂੰ ਕੀ ਕੀਤਾ ਓਏ ਕੌਮਲੀ ਉਹਨਾਂ ਤੇ ਨਿਹੰਗ ਸਿੰਘ ਹਰਮਿੰਦਰ ਸਿੰਘ ਮਿੰਟੂ ਨੇ ਤੇ ਆਪਣੀ ਸਾਰੀ ਜ਼ਿੰਦਗੀ ਕੌਮ ਤੇ ਲੇਖੇ ਲਾਤੀ ਤੂੰ ਹੀ ਕੀ ਕੀਤਾ ਤੂੰ ਹੀ ਸਿਰਫ ਇਹੋ ਹੀ ਸੰਗਤ ਨੂੰ ਅਪੀਲ ਆ ਪੀ ਇਹ ਕਾਮਰੇਡੀ ਏਜੰਟ ਆ ਆਰਿਆ ਸਮਾਜੀ ਏਜੰਟ ਆ ਇਸ ਦੇ ਮਗਰ ਨਾ ਲੱਗੋ ਇਹ ਨੇ ਸਰਦਾਰ ਹਰਮਿੰਦਰ ਸਿੰਘ ਮਿੰਟੂ ਨੂੰ ਇਹ ਹੁੰਦਾ ਕੌਣਾ ਕਹਿਣ ਵਾਲਾ ساری ਜ਼ਿੰਦਗੀ ਕੌਮ ਦੇ ਲੇਖੇ ਅਗਲੇ ਨੇ ਲਾਤੀ ਤੇ ਇਹ ਬੰਦਾ ਕਹਿੰਦਾ ਵੀ ਉਹ ਸਹੀ ਨਹੀਂ ਹੈਗਾ ਇਹ ਕਾਮਰੇਡੀ ਬੰਦਾ ਜੇ ਇਹਨੂੰ ਪੁੱਛ ਕੇ ਦੇਖ ਲਿਓ ਇਹ ਸਿਰੀ ਸਾਹਿਬ ਦਾ ਵਿਰੋਧੀ ਬੰਦਾ ਜੇ ਇਹ ਸਿਰੀ ਸਾਹਿਬ ਦਾ ਵੀ ਵਿਰੋਧ ਕਰਦਾ ਕਹਿੰਦਾ 6 ਇੰਚ ਨਾਲ ਤੁਸੀਂ ਬੰਦਾ ਥੋੜਾ ਮਾਰ ਦੋਗੇ ਇਹ ਬੰਦਾ ਇਦਾਂ ਕਹਿੰਦਾ ਤੇ ਇਹ ਬੰਦੇ ਕੋ ਕੌਮ ਸਤਰਕ ਰਹੇ ਸਿੱਖੀ ਦੇ ਵਿੱਚ ਐਂਟਰ ਕਰਦੇ ਆ ਇੱਕ ਢਾਲ ਬਣਾ ਕੇ ਜਿਹੜੀ ਕਿ ਇਹਨਾਂ ਨੇ ਅੱਜ ਕੱਲ ਬੜੀ ਫੇਮਸ ਕੀਤੀ ਵੀ ਬਾਦਲਾਂ ਨੂੰ ਮਾੜਾ ਬੋਲ ਕੇ ਸਿੱਖੀ ਦੀ ਹਮਾਇਤ ਲੋ ਬਾਅਦ ਚ ਸਿੱਖੀ ਦੀਆਂ ਜੜਾਂ ਵੱਡੋ ਤੇ ਇਹ ਵੀ ਕਹਿੰਦਾ ਜੇ 47 ਤੋਂ ਬਾਅਦ ਜਿਹੜਾ ਕਾਮ ਰੈਡਾਂ ਨੇ ਸੰਘਰਸ਼ ਸ਼ਰਮਿਆ ਉਹ ਸਾਰਾ ਸਹੀ ਹੀ ਸੰਘਰਸ਼ ਤੋਂ ਇਸ ਤੋਂ ਕੌਮ ਸਤਰਕ ਰਹੇ ਵੀ ਇਹ ਨਾ ਵੇਖਿਆ ਕਰੋ ਵੀ ਬਾਦਲਾਂ ਨੂੰ ਮਾੜਾ ਕਹਿੰਦਾ ਤੇ ਹਰੇ ਸਿੱਖੀ ਦੀ ਹਮਾਇਤ ਚ ਤੇ ਇਹ ਕੋਈ ਹਿਊਮਨ ਰਾਈਟਸ ਇਹ ਕੋਈ ਨਹੀਂ ਜੇ ਸਿੱਖਾਂ ਵਾਰੀ ਇਹਨਾਂ ਦੇ ਹਮ ਰਾਈਟਸ ਕਿੱਥੇ ਜਾਂਦੇ ਨੇ ਸੋ ਇਹਨਾਂ ਤੋਂ ਸਤਰਕਰ ਉਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ